ਜਿਵੇਂ ਕਿ ਆਮ ਤੌਰ ਤੇ ਪੁਲਿਸ ਜਾਂ ਪ੍ਰਸ਼ਾਸਨ ਕੋਈ ਵੀ ਵੱਡਾ ਭਿਆਨਕ ਹਾਦਸਾ ਹੋਣ ਤੋਂ ਬਾਅਦ ਹੀ ਜਾਗਦਾ ਏ। ਉਸੇ ਤਰ੍ਹਾਂ ਹੁਣ ਸੰਗਰੂਰ ਦੇ ਇੱਕ ਸਕੂਲ ਦੀ ਵੈਨ ਨੂੰ ਅੱਗ ਲੱਗਣ ਨਾਲ ਹੋਏ ਹਾਦਸੇ ਵਿੱਚ ਹੋਈ 4 ਬੱਚਿਆਂ ਦੀ ਦਰਦਨਾਕ ਮੌਤ ਤੋਂ ਬਾਅਦ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਏ। ਅਜਿਹੇ ਵਿੱਚ ਅੱਜ SDM ਮੁਰਿੱਡਾ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਉਹਨਾਂ 17 ਬੱਸਾਂ ਦੇ ਚਲਾਨ ਕੀਤੇ, ਜਦਕਿ ਇੱਕ ਬੱਸ ਬਗੈਰ ਕਾਗਜ਼ਾਤ ਥਾਣੇ ਬੰਦ ਕੀਤੀ ਗਈ। ਇਸ ਮੌਕੇ ਤੇ SDM ਹਰਬੰਸ ਸਿੰਘ ਨੇ ਕਿਹਾ ਕਿ ਸਕੂਲ ਬੱਸਾਂ ਦੀ ਇਸੇ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਰਹੇਗੀ ਅਤੇ ਕਿਸੇ ਵੀ ਸਕੂਲ ਬੱਸ ਨੂੰ ਸੇਫ ਸਕੂਲ ਵਾਹਨ ਸਕੀਮ ਤਹਿਤ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਓਵਰਲੋਡ ਵਾਹਨਾਂ ਆਦਿ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਰੀਏ ਸਕੂਲ ਦੀਆਂ ਬੱਸਾਂ ਦੀ, ਕਿੰਨੀਆਂ ਕੁ ਬੱਸਾਂ ਤੁਹਾਨੂੰ ਲੱਗੀਆਂ ਜਿਹੜੇ ਕੋਲ ਡਾਕੂਮੈਂਟ ਨਹੀਂ ਸੀ? ਅਸੀਂ ਜੀ ਟੋਟਲ 14 ਚਲਾਨ ਅੱਜ ਕੀਤੇ ਨੇ ਅਤੇ 1 ਗੱਡੀਆਂ ਬੌਂਡ ਕੀਤੀ ਹੈ, ਬਾਕੀ ਜਦੋਂ ਕੋਈ ਕਿਸੇ ਦਾ ਲਾਇਸੈਂਸ ਨਹੀਂ ਕਿਸੇ ਦਾ ਉਹ ਨਹੀਂ ਉਹਨਾਂ ਦਾ ਛੱਡ ਦਿੰਦੇ ਆ, ਉਹ ਡਾਕੂਮੈਂਟ ਦੂਸਰਾ ਕੋਈ ਰੱਖ ਕੇ, ਪਰ ਉਹ ਵਿਦਾਊਟ ਡਾਕੂਮੈਂਟ ਸੀਗੀ ਉਹ ਇੰਪੋਰਟ ਕਰਕੇ ਅਤੇ DC ਸਾਹਿਬ ਦੇ ਹੁਕਮ ਸੀਗੇ ਕਿ ਤੁਸੀਂ ਚੈਕਿੰਗ ਕਰੋ ਅਤੇ ਕਿਉਂਕਿ ਪਿੱਛੇ ਜੀ ਉਹ ਸੰਗਰੂਰ ਜਿਹੜੀ ਟ੍ਰੈਜਡੀ ਹੋਈ ਹੈ ਇਹਨਾਂ ਦੀ ਟ੍ਰੈਜਡੀ ਨਾ ਵਰਤੇ, ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਸੇਫ ਰਹਿਣ। ਸਖਤਾਈ ਇਸ ਤਰ੍ਹਾਂ ਵੀ ਹੋ ਰਹੇਗੀ? ਬਿਲਕੁਲ ਇੱਦਾਂ ਹੀ ਰਹੂਗੀ ਜੀ, ਇੱਦਾਂ ਹੀ ਰਹੂਗੀ ਅਤੇ ਮੇਰੀ ਸਕੂਲ ਦੇ ਪ੍ਰਿੰਸੀਪਲ ਜੀ ਨੂੰ ਸਾਰਿਆਂ ਨੂੰ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਆਪਣੀਆਂ ਬੱਸਾਂ ਨੂੰ ਪੂਰਾ ਬੱਚਿਆਂ ਦੇ ਸੇਫਟੀ ਵਾਸਤੇ ਪੂਰਾ ਉਹ ਕਰਨ। ਸੇਫ ਸਕੂਲ ਵਾਹਨ ਹੈ ਜਿਹੜੀ ਸਕੀਮ ਹੈ ਉਹਦੇ ਇੰਪਲੀਮੈਂਟੇਸ਼ਨ ਬਹੁਤ ਬਹੁਤ ਜ਼ਰੂਰੀ ਹੈ ਅਤੇ ਉਹਦੇ 'ਚ ਕੋਈ ਢਿੱਲ ਨਹੀਂ। ਸਰ ਜੀ ਜਿਸ ਤਰ੍ਹਾਂ ਹੁਣ ਇਹ ਹਾਦਸਾ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ, ਇਸ ਤਰ੍ਹਾਂ ਹੀ ਜਿਹੜੇ 3-wheeler ਚੱਲਦੇ ਆ ਉਹਨਾਂ ਦੇ ਵਿੱਚ 10-10, 15-15 ਸਵਾਰੀਆਂ ਲੈ ਕੇ ਘੁੰਮ ਰਹੇ, ਉਹਨਾਂ 'ਤੇ ਵੀ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਊਗੀ। ਅੱਜ ਜਿਹੜਾ ਸੀਗਾ ਅੱਜ ਜ਼ਿਆਦਾ ਫੋਕਸ ਸਾਡਾ ਸੀਗਾ ਸਕੂਲ ਬੱਸ 'ਤੇ ਅਤੇ ਬਾਕੀ ਸਾਰਾ ਚੱਲੇਗਾ, ਓਵਰਲੋਡਿੰਗ ਦਾ ਵੀ ਚੱਲੇਗਾ, ਟੈਂਪੂ ਦਾ ਵੀ ਚੱਲੇਗਾ, ਜਿਹੜੇ ਟਰੱਕ ਨੇ ਉਹਨਾਂ ਦਾ ਵੀ ਚੱਲੇਗਾ ਅਤੇ ਹੁਣ ਕੰਟੀਨਿਊ ਪ੍ਰੋਸੈਸ ਹੈ, ਕੰਟੀਨਿਊ ਰਹੇਗਾ। ਮੁਰਿੱਡਾ ਤੋਂ ਮਨਜੀਤ ਧੀਮਾਨ ਦੀ ਰਿਪੋਰਟ।